ਫਾਜ਼ਿਲਕਾ ਦੇ ਸ਼ਹਿਰੀ ਇਲਾਕੇ ਦੇ ਵਿੱਚ ਸਿਹਤ ਵਿਭਾਗ ਵੱਲੋਂ ਡੇਂਗੂ ਤੇ ਕੀਤਾ ਗਿਆ ਪੂਰੀ ਤਰ੍ਹਾਂ ਨਾਲ ਕੰਟਰੋਲ। ਐਸਐਮਓ ਰੋਹਿਤ ਗੋਇਲ ਨੇ ਦਿੱਤੀ ਜਾਣਕਾਰੀ। ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਨੇ ਕਿਹਾ ਕਿ ਫਾਜ਼ਿਲਕਾ ਦੇ ਸ਼ਹਿਰੀ ਖੇਤਰ ਦੇ ਵਿੱਚ ਡੇਂਗੂ ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਦੇ ਲਈ 7 ਤੋਂ 8 ਟੀਮਾਂ ਸ਼ਹਿਰ ਦੇ ਵਿੱਚ ਸਰਵੇ ਕਰ ਰਹੀਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰੀ ਖੇਤਰ ਦੇ ਵਿੱਚ ਡੇਂਗੂ ਦੇ 72 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਦੇ ਵਿੱਚੋਂ 10 ਤੋਂ 12 ਕੇਸ ਐਕਟਿਵ ਹਨ, ਜਦਕਿ 7 ਮਰੀਜ਼ ਸਿਵਲ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ਦੀ ਸਿਹਤ ਵੀ ਪੂਰੀ ਤਰ੍ਹਾਂ ਨਾਲ ਠੀਕ ਹੈ। ਉਹਨਾਂ ਨੇ ਕਿਹਾ ਕਿ ਡੇਂਗੂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਚਾਅ ਰੱਖਣ ਦੇ ਲਈ ਵੀ ਜਾਣਕਾਰੀ ਲੋਕਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਬੀਤੇ 2 ਦਿਨਾਂ ਦੇ ਅੰਦਰ ਕੋਈ ਵੀ ਡੇਂਗੂ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਡੇਂਗੂ ਸਿਚੁਏਸ਼ਨ ਹੁਣ ਕੰਟਰੋਲਡ ਹੈ ਜੀ, ਕੱਲ੍ਹ ਆਪਣੇ ਕੋਈ ਕੇਸ ਨਹੀਂ ਆਇਆ ਇੱਥੇ ਅਤੇ ਅੱਜ ਦੀ ਹਲੇ ਸਥਿਤੀ ਦੇ ਸ਼ਾਮ ਨੂੰ ਪਤਾ ਲੱਗੂਗੀ। ਬਾਕੀ ਜਿੰਨੇ ਵੀ ਆਪਣੇ ਕੋਲ ਐਡਮਿਟਿਡ ਪੇਸ਼ੈਂਟ ਆ ਉਹ ਵੀ ਸਟੇਬਲ ਨੇ ਅਤੇ ਰਿਕਵਰੀ ਫੇਸ 'ਚ ਹੈਗੇ। ਕਿੰਨੇ ਪੇਸ਼ੈਂਟ ਐਡਮਿਟ ਨੇ ਜੀ? ਇਸ ਟਾਈਮ 7 ਪੇਸ਼ੈਂਟ ਐਡਮਿਟ ਹੈ ਆਪਣੇ ਕੋਲ ਜੀ, ਅਤੇ ਡਾਕਟਰ ਨੀਲੂ ਦੇ ਅੰਡਰ ਟ੍ਰੀਟਮੈਂਟ ਚੱਲ ਰਿਹਾ, ਪੇਸ਼ੈਂਟ ਸਟੇਬਲ ਨੇ। ਸ਼ਹਿਰ ਦੇ ਸੀਗੇ ਤੇ ਉਹਨਾਂ ਚੋਂ ਐਕਟਿਵ ਕੇਸ ਇਸ ਟਾਈਮ 10-12 ਕੇਸ ਐਕਟਿਵ ਹੈਗੇ, ਬਾਕੀ ਰਿਕਵਰ ਹੋ ਗਏ। ਬਿਲਕੁਲ ਜੀ, ਸਹੀ ਚੱਲ ਰਿਹਾ ਸਿਚੁਏਸ਼ਨ, ਇਸ ਟਾਈਮ ਅੰਡਰ ਕੰਟਰੋਲ ਹੈ।